ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਇਹ ਵਾਲਾ ਡਿਜ਼ਾਈਨ ਜਿਹੜਾ ਤੁਸੀਂ ਇਸ ਨੂੰ ਜੈਂਟਸ ਕੋਟੀ ਤੇ ਪਾ ਸਕਦੇ ਹੋ ਜੇ ਜਾਂ ਬਜ਼ੁਰਗਾਂ ਦੀ ਕੋਟੀ ਤੇ ਵੀ ਪਾ ਸਕਦੇ ਹੋ ਜੇ ਛੋਟਾ ਛੋਟਾ ਡਿਜ਼ਾਈਨ ਆ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਆ 4-4 ਦੇ ਹਿਸਾਬ ਨਾਲ ਇਹਦੇ ਵਿੱਚ ਕੁੰਡੇ ਪਾਣਗੇ 4-4 ਦੇ ਹਿਸਾਬ ਨਾਲ ਕੁੰਡੇ ਪਾ ਕੇ ਦੋ ਕੁੰਡੇ ਤੁਸੀਂ ਬਾਧੂ ਪਾ ਲੋ ਡਿਜ਼ਾਈਨ ਜਿਹੜਾ ਬਿਲਕੁਲ ਪੂਰਾ ਆ ਜਾਏਗਾ ਤੇ 8 ਸਲਾਈਆਂ ਦਾ ਟੋਟਲ ਡਿਜ਼ਾਈਨ ਆ 8 ਸਲਾਈਆਂ ਵਿੱਚ ਬਣ ਕੇ ਰੈਡੀ ਹੋ ਜਾਂਦਾ ਹੈ ਤੇ ਬਹੁਤ ਹੀ ਸੋਖਾ ਡਿਜ਼ਾਈਨ ਤੇ ਇਸ ਸਿੱਧੀ ਸਾਈਡ ਤੋਂ ਹੀ ਇਹ ਵਾਲਾ ਡਿਜ਼ਾਈਨ ਜਿਹੜਾ ਸ਼ੁਰੂ ਹੁੰਦਾ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਵੀ ਕਰ ਦੇਣਾ ਤੇ ਨਾਲੇ ਕਮੈਂਟ ਕਰਕੇ ਆਪਣੀ ਰਾਏ ਵੀ ਜ਼ਰੂਰ ਦੱਸਣਾ ਹੁਣ ਆਪਾਂ ਡਿਜ਼ਾਈਨ ਜਿਹੜਾ ਉਹ ਬਣਾਉਣਾ ਸ਼ੁਰੂ ਕਰਦੇ ਆਂ ਮੈਲਾ ਗੁੰਡਾ ਉਤਾਰ ਲਿਆ ਅਗਲਾ ਇੱਕ ਗੁੰਡਾ ਆਪਾਂ ਉਂਟਾ ਬਣਾਵਾਂਗੇ ਫਿਰ ਤਾਂ ਅੱਗੇ ਪਿੱਛੇ ਵਾਲੀ ਸਾਈਡ ਕਰਾਂਗੇ ਹੁਣ ਇਹ ਇੱਕ ਤੇ ਇਹ ਦੋ ਇਹਨਾਂ ਦੇ ਕੋਲੋਂ ਆਪਾਂ ਇੱਕ ਪਹਿਲਾ ਕੁੰਡਾ ਦੂਸਰਾ ਕੁੰਡੇ ਦੇ ਦੋਨਾਂ ਦੇ ਐਵਲੀ ਜਗ੍ਹਾ ਤੋਂ ਆਪਾਂ ਇੱਕ ਡੂਪ ਲੈਣਾ ਹੈ ਇੱਕ ਐਕਸਟਰਾ ਕੁੰਡਾ ਲੈਣਾ ਹੈ ਇਹਨੂੰ ਫਿਰ ਐਵਲੀ ਸਲਾਈ ਦੇ ਆਪਾਂ ਪਾ ਲੈਣਾ ਐਵਲੀ ਸਲਾਈ ਤੇ ਪੋਣ ਤੋਂ ਬਾਅਦ ਇਹ ਜਿਹੜਾ ਇਹਦੇ ਨਾਲ ਦਾ ਕੁੰਡਾ ਇਹਨਾਂ ਦੋਨਾਂ ਤੋਂ ਆਪਾਂ ਇੱਕ ਕੁੰਡਾ ਕਰ ਦੇਣਾ ਦੋ ਕੁੰਡਾ ਤੇ ਇੱਕ ਕੁੰਡਾ ਕਰਤਾ ਫਿਰ ਇਹ ਵਾਲਾ ਕੁੰਡਾ ਜਿਹੜਾ ਇਹਨੂੰ ਵੀ ਆਪਾਂ ਸਿੱਧਾ ਬਣਾ ਲੈਣਾ ਮੁੰਤਾਗਾ ਆਪਣੀ ਵਾਲੀ ਸਾਈਡ ਕਰਾਂਗੇ ਇਹੀ ਚਾਰ ਕੁੰਡੇ ਆਪਾਂ ਰਿਪੀਟ ਕਰਨੇ ਆ ਫਿਰ ਦੋ ਕੁੰਡੇ ਉਲਟੇ ਫਿਰ ਧਾਗਾ ਪਿੱਛੇ ਕਰਾਂਗੇ ਫਿਰ ਆ ਵੇਖੋ 1 ਤੇ 2 ਇਹ ਦੋਨੋਂ ਕੁੰਡਿਆਂ ਦੇ ਕੋਲੋਂ ਅਸੀਂ ਇੱਕ ਲੂਪ ਲੈ ਲੈਣਾ ਵਾ ਇਹਨੂੰ ਇਹ ਵਾਲੀ ਸਲਾਈ ਤੇ ਆਪਾਂ ਪਾ ਲੈਣਾ ਹੈ ਇਹ ਵਾਲੀ ਸਲਾਈ ਤੇ ਪਾਉਣ ਤੋਂ ਬਾਅਦ ਇਹਦੇ ਨਾਲ ਦਾ ਜਿਹੜਾ ਕੁੰਡਾ ਆ ਆਪਾਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਇਹ ਵਾਲਾ ਕੁੰਡਾ ਆਪਾਂ ਫਿਰ ਸਿੱਧਾ ਬਣਾ ਲੈਣਾ ਉਨਤਾਗਾਂ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਫਿਰ ਵੇਖੋ ਧਾਗਾ ਪਿੱਛੇ ਕਰਾਂਗੇ ਐ ਸਾਡੇ ਕੋਲੋਂ ਦੋ ਕੁੰਡੇ ਨੇ ਇਹਨਾਂ ਦੇ ਕੋਲੋਂ ਇੱਕ ਲੂਪ ਲੈ ਲੈਣਾ ਵਾ ਲੂਪ ਨੂੰ ਆਪਾਂ ਇਹ ਵਾਲੀ ਸਲਾਈ ਤੇ ਫਿਰ ਪਾ ਲੈਣਾ ਖੱਬੇ ਹੱਥ ਵਾਲੀ ਸਲਾਈ ਤੇ ਤੇ ਨਾਲ ਹੀ ਇੱਕ ਕੁੰਡਾ ਲੈ ਕੇ ਐ ਸਾਡੇ ਕੋਲੋਂ ਦੋ ਕੁੰਡੇ ਸੀ ਇੱਕ ਕੁੰਡਾ ਲੈ ਕੇ ਦੋ ਕੁੰਡਿਆਂ ਤੋਂ ਆਪਾਂ ਇੱਕ ਕੁੰਡਾ ਕਰ ਦੇਣਾ ਅਗਲਾ ਕੁੰਡਾ ਸਿੱਧਾ ਬਣਾ ਲੈਣਾ ਫਿਰ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਫਿਰ ਧਾਗਾ ਪਿੱਛੇ ਕਰਾਂਗੇ ਫਿਰ ਕੁੰਡਿਆਂ ਦੇ ਕੋਲੋਂ ਦੀ ਆਪਾਂ ਲੂਪ ਲਵਾਂਗੇ ਇਹ ਵਾਲੀ ਸਲਾਈ ਤੇ ਪਾਵਾਂਗੇ ਤੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਦੇ ਆਂਗੇ ਫਿਰ ਇੱਕ ਕੁੰਡਾ ਸਿੱਧਾ ਲਾਸਟ ਵਾਲੇ ਦੋ ਕੁੰਡੇ ਉਲਟੇ ਪਹਿਲੀ ਸਲਾਈ ਬਣ ਗਈ ਡਿਜ਼ਾਈਨ ਦੀ ਹੁਣ ਅੱਗੇ ਆਪਾਂ ਡਿਜ਼ਾਈਨ ਦੀ ਦੂਸਰੀ ਸਲਾਈ ਤੇ ਦੂਸਰੀ ਸਲਾਈ ਵੇਖੋ ਕਿਸ ਤਰ੍ਹਾਂ ਬਣਾਉਣੀ ਆ ਪਹਿਲਾ ਦੋ ਕੁੰਡੇ ਆ ਪਹਿਲਾ ਕੁੰਡਾ ਉਤਾਰ ਲਿਆ ਅਗਲਾ ਕੁੰਡਾ ਜਿਹੜਾ ਆ ਉਹ ਆਪਾਂ ਸਿੱਧਾ ਬਣਾਵਾਂਗੇ ਜਿਹੜਾ ਉਧਰ ਵਾਲੀ ਸਾਈਡ ਤੋਂ ਆਪਾਂ ਬੂਟਾ ਬਣਾ ਰਹੇ ਸੀ ਹੁਣ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਫਿਰ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਫਿਰ ਦੋ ਕੁੰਡੇ ਉਲਟੇ ਉਗਰੀ ਜਿਹੜੀ ਆ ਉਲਟੀ ਸਲਾਈ ਸਾਡੀ ਇਸੇ ਤਰ੍ਹਾਂ ਬਣੇਗੀ ਦੋ ਕੁੰਡੇ ਸਿੱਦੇ ਦੋ ਕੁੰਡੇ ਉਲਟੇ ਜਿਹੜੇ ਉਹ ਸਾਈਡ ਤੋਂ ਆਪਾਂ ਉਲਟੇ ਬਣਾ ਰਹੇ ਸੀ ਐਸ ਸਾਈਡ ਤੋਂ ਸਾਡੇ ਸਿੱਦੇ ਬਣਨਗੇ ਡਿਜ਼ਾਈਨ ਦੀ ਦੂਸਰੀ ਸਲਾਈ ਹੈ ਲਾਸਟ ਦੇ ਦੋ ਕੁੰਡੇ ਉਲਟੇ ਹੋਣਗੇ ਹੁਣ ਦੋ ਸਲਾਈਆਂ ਬਣ ਗਈਆਂ ਹੁਣ ਆ ਗਏ ਅਸੀਂ ਡਿਜ਼ਾਈਨ ਦੀ ਤੀਸਰੀ ਸਲਾਈ ਤੇ ਤੀਸਰੀ ਸਲਾਈ ਵੇਖੋ ਕਿਸ ਤਰ੍ਹਾਂ ਬਣਾਉਣੀ ਆ ਪਹਿਲਾ ਕੁੰਡਾ ਉਤਾਰ ਲਿਆ ਤੇ ਧਾਗਾ ਪਿੱਛੇ ਕਰਾਂਗੇ ਹੁਣ ਧਿਆਨ ਨਾਲ ਤੁਸੀਂ ਵੇਖਣਾ ਐ ਸਾਡੇ ਕੋਲੋਂ ਦੋ ਕੁੰਡੇ ਆਇਆ ਤੇ ਇਹ ਦੋ ਕੁੰਡਿਆਂ ਚੋਂ ਆਪਾਂ ਇਹ ਵਾਲਾ ਕੁੰਡਾ ਜਿਹੜਾ ਇਹਨੂੰ ਇਧਰ ਵਾਲੀ ਸਾਈਡ ਤੇ ਲੈ ਕੇ ਆਉਣਾ ਇਸ ਤਰ੍ਹਾਂ ਇਹਨੂੰ ਆਪਾਂ ਪਹਿਲਾਂ ਬੋਲ ਲੈਣਾ ਸਿੱਧਾ ਇਹਨੂੰ ਆਪਾਂ ਸਿੱਧਾ ਬੋਲ ਲਿਆ ਅਗਲਾ ਕੁੰਡਾ ਜਿਹੜਾ ਇਹਨੂੰ ਆਪਾਂ ਬਾਅਦ ਵਿੱਚ ਸਿੱਧਾ ਬੋਲਣਾ ਇਹਨਾਂ ਨੂੰ ਅਸੀਂ ਆਪਸ ਦੇ ਵਿੱਚ ਟਵਿਸਟ ਕਰਨਾ ਹੁਣ ਇਹ ਸਿੱਧਾ ਬੋਲਿਆ ਹੁਣ ਇਹ ਜਿਹੜਾ ਕੁੰਡਾ ਆਪਾਂ ਇਧਰ ਵਾਲੀ ਸਾਈਡ ਤੇ ਲੈ ਕੇ ਜਾਣਾ ਪਹਿਲਾਂ ਇਹ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਬੈਕ ਲੂਪ ਦੇ ਨਾਲ ਉਨ ਲੈਣਾ ਵਾ ਤੇ ਐ ਵਾਲੇ ਕੁੰਡੇ ਨੂੰ ਆਪਾਂ ਬਾਅਦ ਵਿੱਚ ਉਨਾਂ ਇਸੇ ਤਰ੍ਹਾਂ ਆਪਾਂ ਸਾਰੇ ਕੁੰਡੇ ਟਵਿਸਟ ਕਰਦੇ ਜਾਣਾ ਹੁਣ ਐ ਵਾਲਾ ਕੁੰਡਾ ਆਪਾਂ ਪਹਿਲਾਂ ਹੋਣਾਗੇ ਇਸ ਤਰ੍ਹਾਂ ਅੱਗੋਂ ਦੀ ਐ ਵਾਲਾ ਕੁੰਡਾ ਪਹਿਲਾਂ ਹੋਣਾਗੇ ਐ ਵਾਲਾ ਕੁੰਡਾ ਜਿਹੜਾ ਇਹਨੂੰ ਬਾਅਦ ਚ ਉਨਾਂਗੇ ਹੁਣ ਇਧਰਲੀ ਸਾਈਡ ਤੇ ਆਪਾਂ ਇਹ ਵਾਲਾ ਜਿਹੜਾ ਉਲਟਾ ਕੁੰਡਾ ਆ ਇਹਨੂੰ ਪਹਿਲਾਂ ਉਨਾਂਗੇ ਇਸ ਤਰ੍ਹਾਂ ਬੈਕ ਤੋਂ ਅਸੀਂ ਉਨ ਲੈਣਾ ਪਹਿਲੋ ਇਹਨੂੰ ਬਾਅਦ ਚ ਆਹ ਵਾਲਾ ਕੁੰਡਾ ਉਨਾਂਗੇ ਫਿਰ ਵੇਖੋ ਪਹਿਲਾਂ ਸਿੱਧਾ ਗੁੰਡਾ ਆਉਣਾਂਗੇ ਆਪਾਂ ਉੱਪਰੋਂ ਦੀ ਟਵਿਸਟ ਕਰਦੇ ਹੋਏ ਫਿਰ ਇਹ ਵਾਲਾ ਉਲਟਾ ਗੁੰਡਾ ਇਹਨੂੰ ਵੀ ਆਪਾਂ ਸਿੱਧਾ ਹੀ ਉਣ ਲੈਣਾ ਫਿਰ ਇਹ ਦੋ ਗੁੰਡੇ ਇਹਨਾਂ ਨੂੰ ਟਵਿਸਟ ਕਰਨਾ ਜਾਂ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਜੇ ਤੁਹਾਨੂੰ ਉਸ ਤਰ੍ਹਾਂ ਔਖਾ ਲੱਗਦਾ ਹੈ ਇਸ ਤਰੀਕੇ ਦੇ ਨਾਲ ਵੀ ਕਰ ਸਕਦੇ ਜੇ ਇਹਨੂੰ ਇੱਧਰ ਵਾਲੀ ਸਾਈਡ ਤੇ ਲੈ ਕੇ ਆ ਜਣਾ ਇਹ ਗੁੰਡੇ ਨੂੰ ਵੀ ਸਿੱਧਾ ਬਣਾਵਾਂਗੇ ਤੇ ਇਹ ਵਾਲੇ ਗੁੰਡੇ ਨੂੰ ਵੀ ਸਿੱਧਾ ਬਣਾਵਾਂਗੇ ਉਸ ਤਰੀਕੇ ਦੇ ਨਾਲ ਵੀ ਤੁਸੀਂ ਕਰ ਸਕਦੇ ਜੇ ਜੇ ਤੁਸੀਂ ਉਤਾਰ ਕੇ ਟਵਿਸਟ ਕਰਨੇ ਚਾਹੁੰਦੇ ਹੋ ਤੇ ਉਤਾਰ ਕੇ ਵੀ ਬਿਨਾ ਉਤਾਰੇ ਸੌਖੇ ਹੋ ਜਾਣਗੇ ਜੇ ਤੁਸੀਂ ਉਤਾਰੋਗੇ ਤੇ ਕੁੰਡਾ ਜਿਹੜਾ ਡਿੱਗਣ ਦਾ ਡਰ ਹੁੰਦਾ ਹੈ نیچے ਸਲਿੱਪ ਹੋਣ ਦਾ ਡਰ ਹੁੰਦਾ ਹੈ ਇਸ ਤਰ੍ਹਾਂ ਤੁਸੀਂ ਕਰੋਗੇ ਤੇ ਆਸਾਨ ਤਰੀਕੇ ਦੇ ਨਾਲ ਹੋ ਜਾਏਗਾ ਆ ਡਿਜ਼ਾਈਨ ਦੀ ਆਪਾਂ ਤੀਸਰੀ ਸਲਾਈ ਬਣਾ ਲਈ ਆ ਹੁਣ ਅੱਗੇ ਆਪਾਂ ਡਿਜ਼ਾਈਨ ਦੀ ਚੌਥੀ ਸਲਾਈ ਤੇ ਚੌਥੀ ਸਲਾਈ ਵੇਖੋ ਕਿਸ ਤਰ੍ਹਾਂ ਕਰਨੀ ਪਹਿਲਾ ਕੁੰਡਾ ਉਤਾਰ ਲਿਆ ਬਾਕੀ ਸਾਰੇ ਕੁੰਡੇ ਆਪਾਂ ਉਲਟੇ ਬਣਾਉਣੇ ਆ ਡਿਜ਼ਾਈਨ ਦੀ ਚੌਥੀ ਸਿਲਾਈ ਆ ਅੱਠ ਸਿਲਾਈਆਂ ਦਾ ਟੋਟਲ ਇਹ ਡਿਜ਼ਾਈਨ ਆ ਅੱਠ ਸਿਲਾਈਆਂ ਅਸੀਂ ਰਿਪੀਟ ਕਰਦੇ ਜਾਣਾ ਆ ਤੇ ਡਿਜ਼ਾਈਨ ਸਾਡਾ ਜਿਹੜਾ ਬੰਦ ਦਾ ਜਾਣਾ ਇਹ ਚੌਥੀ ਸਿਲਾਈ ਜਿਹੜੀ ਆ ਪੂਰੀ ਆਪਾਂ ਉਲਟੀ ਇੰਟੀ ਬਣਾ ਲੈ ਚਾਰ ਸਲਾਈਆਂ ਸਾਡੀਆਂ ਬਣ ਗਈਆਂ ਆ ਚਾਰ ਸਲਾਈਆਂ ਬਣਨ ਤੋਂ ਬਾਅਦ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਨਜ਼ਰ ਆਉਂਦਾ ਆ ਹੁਣ ਆਪਾਂ ਬਣਾਵਾਂਗੇ ਡਿਜ਼ਾਈਨ ਦੀ ਪੰਜਵੀਂ ਸਲਾਈ ਚਾਰ ਸਲਾਈਆਂ ਤੋਂ ਬਾਅਦ ਡਿਜ਼ਾਈਨ ਇਸ ਤਰ੍ਹਾਂ ਨਜ਼ਰ ਹੁਣ ਬਣਾਵਾਂਗੇ ਆਪਾਂ ਡਿਜ਼ਾਈਨ ਦੀ ਪੰਜਵੀਂ ਸਲਾਈ ਪੰਜਵੀਂ ਸਲਾਈ 'ਚ ਵੇਖੋ ਕੀ ਕਰਨਾ ਹੈ ਪਹਿਲਾ ਕੁੰਡਾ ਉਤਾਰ ਲਿਆ ਇੱਕ ਕੁੰਡਾ ਸਿੱਧਾ ਬਣਾ ਲਾਂਗੇ ਹੁਣ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਬਣਾਾਂਗੇ ਇੱਕ ਤੋ ਫੇਰ ਧਾਗਾ ਪਿੱਛੇ ਕਰਾਂਗੇ ਹੁਣ ਇਹ ਵਾਲੇ ਕੁੰਡੇ ਜਿਹੜੇ ਇਹਨਾਂ ਤੇ ਆਪਾਂ ਡਿਜ਼ਾਈਨ ਬਣਾਉਣਾ ਹੈ ਇੱਕ ਇਹ ਤੇ ਇੱਕ ਹੈ ਦੋਆਂ ਦੇ ਕੋਲੋਂ ਆਪਾਂ ਇੱਕ ਲੂਪ ਲੈ ਲੈਣਾ ਵਾ ਲੂਪ ਜਿਹੜਾ ਆਪਾਂ ਖੱਬੇ ਹੱਥ ਵਾਲੀ ਸਲਾਈ ਤੇ ਪਾ ਲੈਣਾ ਤੇ ਫੇਰ ਨਾਲ ਇੱਕ ਕੁੰਡਾ ਲੈ ਕੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਫੇਰ ਅਗਲਾ ਕੁੰਡਾ ਸਿੱਧਾ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਫਿਰ ਧਾਗਾ ਪਿੱਛੇ ਕਰਾਂਗੇ ਦੋ ਕੁੰਡਿਆਂ ਦੇ ਕੋਲੋਂ ਇੱਕ ਲੂਪ ਲਵਾਂਗੇ ਜਾਂ ਤੁਸੀਂ ਇਸ ਤਰੀਕੇ ਦੇ ਨਾਲ ਵੀ ਇਹਨੂੰ ਕਰ ਸਕਦੇ ਐ ਲੂਪ ਲੈ ਲਿਆ ਵਾ ਫਿਰ ਦੋ ਕੁੰਡਿਆਂ ਨੂੰ ਤੁਸੀਂ ਸਿੱਧੇ ਬੰਨ ਲੈਣਾ ਵਾ ਆ ਜਿਹੜਾ ਲੂਪ ਇਹਨੂੰ ਤੁਸੀਂ ਇਸ ਤਰ੍ਹਾਂ ਕਰਕੇ نیچے ਸੁੱਟ ਦੇਣਾ ਇਸ ਤਰੀਕੇ ਦੇ ਨਾਲ ਵੀ ਤੁਸੀਂ ਕਰ ਸਕਦੇ ਜੇ ਫਿਰ ਵੇਖੋ ਦੋ ਕੁੰਡੇ ਉਲਟੇ ਬਣਾ ਲੈ ਧਾਗਾ ਪਿੱਛੇ ਕਰਾਂਗੇ ਇੱਕ ਲੂਪ ਲਵਾਂਗੇ ਦੋਹਾਂ ਕੁੰਡਿਆਂ ਦੇ ਵਿੱਚ ਜਿਹੜਾ ਗੈਪ ਉਹਦੇ ਕੋਲੋਂ ਫਿਰ ਦੋ ਕੁੰਡੇ ਸਿੱਧੇ ਬਣਾ ਲਾਂਗੇ ਦੋ ਕੁੰਡੇ ਸਿੱਧੇ ਬਣਾ ਲੈ ਇਹ ਜਿਹੜਾ ਲੂਪ ਲਿਆ ਹੋਇਆ ਹੈ ਇਹਨੂੰ ਇਹਨਾਂ ਦੇ ਉੱਪਰੋਂ ਇਸ ਤਰ੍ਹਾਂ ਕਰਕੇ نیچے ਸੁੱਟ ਦਵਾਂਗੇ ਫਿਰ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਹੁਣ ਆ ਗਏ ਆ ਡਿਜ਼ਾਈਨ ਦੀ 6 ਇਸ ਲਾਈਨ ਤੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਇੱਕ ਕੁੰਡਾ ਉਲਟਾ ਫਿਰ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਜਿਹੜੇ ਉਧਰ ਸਾਈਡ ਤੋਂ ਉਲਟੇ ਬਣਾ ਰਹੇ ਸੀ ਇੱਧਰ ਸਾਈਡ ਤੋਂ ਸਿੱਧੇ ਬਣਨਗੇ ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਪੂਰੀ ਛੇਵੀਂ ਸਲਾਈ ਜਿਹੜੀ ਉਹ ਆਪਾਂ ਇਸੇ ਤਰੀਕੇ ਦੇ ਨਾਲ ਹੀ ਬਣਾਉਣੀ ਹੈ ਦੋ ਕੁੰਡੇ ਉਲਟੇ ਬਣਾਉਂਦੇ ਜਾਵਾਂਗੇ ਦੋ ਕੁੰਡੇ ਸਿੱਧੇ ਬਣਾਉਂਦੇ ਜਾਵਾਂਗੇ ਹੁਣ ਅੱਗੇ ਆਪਾਂ ਡਿਜ਼ਾਈਨ ਦੀ 7ਵੀਂ ਸਲਾਈ ਤੇ 7ਵੀਂ ਸਲਾਈ ਚ ਵੇਖੋ ਤੁਸੀਂ ਕਿਸ ਤਰ੍ਹਾਂ ਕਰਾਂਗੇ ਆਪਾਂ ਪਹਿਲਾ ਕੁੰਡਾ ਉਤਾਰ ਲਿਆ ਹੁਣ ਵੇਖੋ ਇੱਕ ਇਹ ਕੁੰਡਾ ਸਾਡੇ ਕੋਲੋਂ ਸਿੱਧਾ ਨਜ਼ਰ ਆ ਰਿਹਾ ਇਹ ਇੱਕ ਦੇ ਕੋਲ ਉਲਟਾ ਕੁੰਡਾ ਹੈ ਹੁਣ ਆਪਾਂ ਇਹ ਜਿਹੜਾ ਉਲਟਾ ਕੁੰਡਾ ਆ ਇਹਨੂੰ ਬੈਕ ਲੂਪ ਦੇ ਨਾਲ ਆਪਾਂ ਪਹਿਲਾਂ ਔਨ ਲੈਣਾ ਉਲਟੇ ਕੁੰਡੇ ਨੂੰ ਪਹਿਲਾਂ ਔਨ ਲੈਣਾ ਆ ਸਿੱਧੇ ਗੁੰਡੇ ਨੂੰ ਬਾਅਦ ਵਿੱਚ ਔਨ ਹੁਣ ਆਪਾਂ ਇਧਰ ਵਾਲੇ ਕੁੰਡੇ ਫੇਰ ਟਵਿਸਟ ਕਰਾਂਗੇ ਪਹਿਲਾਂ ਇਹ ਵਾਲਾ ਸਿੱਧਾ ਕੁੰਡਾ ਆਪਾਂ ਉਲਣਾ ਇੰਜ ਕਰਕੇ ਸਿੱਧਾ ਕੁੰਡਾ ਉਲ ਲਿਆ ਫਿਰ ਇਹ ਵਾਲਾ ਕੁੰਡਾ ਜਿਹੜਾ ਆਪਾਂ ਫਿਰ ਬਾਅਦ ਵਿੱਚ ਉਲਣਾ ਇੱਥੇ ਆਪਾਂ ਕੁੰਡੇ ਜਿਹੜੇ ਆ ਉਹ ਆਪਣੇ ਟਵਿਸਟ ਕਰਦੇ ਆ ਫਿਰ ਇਹ ਵਾਲਾ ਕੁੰਡਾ ਜਿਹੜਾ ਉਲਟਾ ਹੈ ਇਹਨੂੰ ਆਪਾਂ ਬੈਗ ਲੂਪ ਦੇ ਨਾਲ ਪਹਿਲਾਂ ਉਲ ਲੈਣਾ ਵਾ ਸਿੱਧਾ ਕੁੰਡਾ ਜਿਹੜਾ ਉਹਨੂੰ ਬਾਅਦ ਵਿੱਚ ਉਲਣਾ ਇਹ ਚਾਰ ਕੁੰਡਿਆਂ ਨੂੰ ਅਸੀਂ ਟਵਿਸਟ ਕਰਦੇ ਜਾਣਾ ਇਸ ਤਰੀਕੇ ਦੇ ਨਾਲ ਬਹੁਤ ਹੀ ਸੋਖਾ ਡਿਜ਼ਾਈਨ ਹੈ ਤੇ ਬਹੁਤ ਹੀ ਪਿਆਰਾ ਬਣ ਕੇ ਆਉਂਦਾ ਹੈ ਬਹੁਤ ਜਲਦੀ ਜਲਦੀ ਇਹ ਵਾਲਾ ਡਿਜ਼ਾਈਨ ਜਿਹੜਾ ਬਣਦਾ ਜਾਂਦਾ ਹੈ ਤੇ ਕਾਫੀ ਉਬਰਿਆ ਉਬਰਿਆ ਵੀ ਬਣਦਾ ਹੈ ਇਹ ਡਿਜ਼ਾਈਨ ਬਹੁਤ ਹੀ ਪਿਆਰਾ ਲੱਗਦਾ ਹੈ ਬਣਿਆ ਹੋਇਆ ਸਾਰੇ ਜਿਹੜੇ ਕੁੰਡੇ ਆਪਾਂ ਇਸ ਤਰੀਕੇ ਦੇ ਨਾਲ ਟਵਿਸਟ ਕਰਦੇ ਜਾਣਾ ਹੈ ਇਹ ਜਿਹੜਾ ਸਿੱਧਾ ਕੁੰਡਾ ਫੇਰ ਆਪਾਂ ਇਧਰ ਵਾਲੀ ਸਾਈਡ ਤੇ ਲੈ ਕੇ ਆਉਣਾ ਪਹਿਲਾਂ ਉਲਟੇ ਨੂੰ ਆਪਾਂ ਪਿੱਛੋਂ ਦੀ ਹੋਂ ਲੈਣਾ ਵਾ ਸਿੱਧੇ ਨੂੰ ਫਿਰ ਗੋਦੀ ਹੋ ਲੈਣਾ ਫਿਰ ਇਹ ਦੋ ਰਹਿ ਗਏ ਸਾਡੇ ਕੋਲ ਹੁਣ ਆਪਾਂ ਇਹ ਵਾਲਾ ਕੁੰਡਾ ਜਿਹੜਾ ਇਹਨੂੰ ਪਹਿਲਾਂ ਉਹਨਾ ਫਰੰਟ ਤੋਂ ਫਿਰ ਦੂਸਰੇ ਕੁੰਡੇ ਨੂੰ ਬੈਕ ਤੋਂ ਲੈਣਾ ਲਾਸਟ ਵਾਲਾ ਕੁੰਡਾ ਸਿੱਧਾ 27 ਸਲਾਈ ਬਣ ਗਈ ਡਿਜ਼ਾਈਨ ਦੀ ਹੁਣ ਅਸੀਂ ਆ ਗਏ ਆ ਡਿਜ਼ਾਈਨ ਦੀ 8ਵੀਂ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਬਾਕੀ ਸਾਰੇ ਕੁੰਡੇ ਆਪਾਂ ਉਲਟੇ-ਉਲਟੇ ਬਣਾਉਂਦੇ ਜਾਣਾ ਸਾਰੇ ਕੁੰਡੇ ਜਿਹੜੇ ਆਪਾਂ ਉਲਟੇ-ਉਲਟੇ ਬਣਾਉਂਦੇ ਜਾਣਾ ਬਹੁਤ ਹੀ ਪਿਆਰਾ ਡਿਜ਼ਾਈਨ ਬਣ ਕੇ ਆਉਂਦਾ ਹੈ ਬਹੁਤ ਹੀ ਸੋਹਣਾ ਲੱਗਦਾ ਹੈ ਡਿਜ਼ਾਈਨ ਬਣਿਆ ਹੋਇਆ ਸਿਰਫ 8 ਸਲਾਈਆਂ ਅਸੀਂ ਰਿਪੀਟ ਕਰਦੇ ਜਾਣਾ ਤੇ ਡਿਜ਼ਾਈਨ ਸਾਡਾ ਜਿਹੜਾ ਉਹ ਬਣਦਾ ਜਾਣਾ ਤੇ ਤੁਸੀਂ ਪਲੀਜ਼ ਕਮੈਂਟ ਕਰਕੇ ਆਪਣੀ ਰਾਏ ਜਿਹੜੀ ਹੈ ਉਹ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਵੀਡੀਓਜ਼ ਕਿਸ ਤਰ੍ਹਾਂ ਦੀਆਂ ਲੱਗਦੀਆਂ ਨੇ ਬਣਨ ਤੋਂ ਬਾਅਦ ਡਿਜ਼ਾਈਨ ਜਿਹੜਾ ਏ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਇਸ ਤਰੀਕੇ ਦੇ ਨਾਲ ਡਿਜ਼ਾਈਨ ਜਿਹੜਾ ਅੱਗੇ ਤੋਂ ਅੱਗੇ ਆਪਾਂ ਬਣਾਉਂਦੇ ਜਾਣਾ ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਹੈ ਬਣਿਆ ਹੋਇਆ ਜੇ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਮਿਲਦੇ ਹਾਂ ਫਿਰ ਇਸੇ ਤਰ੍ਹਾਂ ਦੇ ਸੌਖੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ